ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੁੱਧਵਾਰ ਦਾ ਦਿਨ ਅਤੇ ਤਰੀਕ ਹੈਗੀ ਆ 7 ਅਗਸਤ 2024। ਦਾਸ ਰਜਿੰਦਰ ਸਿੰਘ ਅਤੇ ਨਾਲ ਭਾਈ ਰਜਿੰਦਰ ਸਿੰਘ ਜੀ ਪੁਰੇਵਾਲ ਸਾਥ ਦੇ ਰਹੇ ਨੇ। ਇੱਕ ਹੋਰ ਮੁੱਦਾ ਜਿਹੜਾ ਪੰਜਾਬ ਦਾ ਹੁਣ ਤੁਹਾਡੇ ਰੂਬਰੂ ਕਰਨਾ ਚਾਹੁੰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਪੰਜਾਬ ਦੀ ਇੱਕ ਵੱਡੀ ਪਾਰਟੀ ਮੰਨੀ ਜਾਂਦੀ ਆ, ਹੈਵੀ ਸੀ ਮੰਨੀ ਨਹੀਂ ਹੈਵੀ ਸੀ, ਅਤੇ ਉਹ ਇਸ ਵੇਲੇ ਪੰਜਾਬ ਦੀ ਸੱਤਾ ਦੇ ਹਾਸ਼ੀਏ ਤੋਂ ਬਾਹਰ ਹੋ ਚੁੱਕੀ ਆ। ਜਿਹੜੀ ਪਾਰਟੀ ਨੇ ਕਿੰਨੇ ਸਾਲ 20-25 ਸਾਲ ਰਾਜ ਕੀਤਾ ਹੋਵੇ ਪੰਜਾਬ ਦੇ ਵਿੱਚ, ਅਤੇ ਹੁਣ ਉਹ ਇੱਕ ਕਹਿ ਲਓ 1% ਜਾਂ 1/2 ਵੋਟ ਲੈ ਕੇ ਹੀ ਆਪਣਾ ਕੰਮ ਸਾਰ ਰਹੀ ਹੋਵੇ, ਸੀਟ ਮੰਨ ਲਓ 1/2 ਸੀਟ ਨਾਲ ਹੀ ਪਾਰਲੀਮੈਂਟ ਦੇ ਵਿੱਚ। ਤਾਂ ਉਹ ਅਕਾਲੀ ਦਲ ਦਾ ਇਹ ਸੰਕਟ ਇੰਨਾ ਡੂੰਘਾ ਹੋ ਗਿਆ ਕਿ ਹੁਣ ਜਿਹੜੇ ਵਿੱਚ ਵੱਡੇ ਵੱਡੇ ਮਹਾਰਥੀ ਵੀ ਸੀਗੇ, ਜਿਹੜੇ ਪਾਰਟੀ ਨੂੰ ਹਰੇ ਥੰਮਾਂ ਵਾਂਗ ਨਾਲ ਖੜ੍ਹੇ ਹੁੰਦੇ ਸੀਗੇ, ਉਹ ਆਪੋ ਆਪਣੇ ਗਰੁੱਪ ਬਣਾ ਕੇ ਆਪੋ ਆਪਣੇ ਹੀ ਡਫਲੀ ਜਿਹੀ ਜਲ ਕਹਿ ਲਓ ਜੋ ਕਹਿ ਲਓ ਬਜਾ ਰਹੇ ਆ। ਤਾਂ ਕੀ ਤੁਹਾਡਾ ਕੀ ਖਿਆਲ ਹੈ, ਇਹ ਸੰਕਟ ਤੋਂ ਪਹਿਲਾਂ ਮੈਨੂੰ ਦੱਸੋ ਇਹ ਆਇਆ ਕਿਵੇਂ, ਇਹ ਸੰਕਟ ਪੈਦਾ ਕਿੱਦਾਂ ਹੋਇਆ, ਕੀ ਕਾਰਨ ਬਣ ਗਏ ਇਹਦੇ? ਸਾਨੂੰ ਦੇਖੋ ਪਾਵਰ ਸਟਰਗਲ ਹੁੰਦੀ ਆ, ਸਾਰੇ ਚਾਹੁੰਦੇ ਹੁੰਦੇ ਵੀ ਮੈਂ ਚੀਫ ਮਿਨਿਸਟਰ ਬਣਨਾ ਚਾਹੀਦਾ, ਮੇਰਾ ਇਕਨੋਮਿਕ ਮਿਡੇ ਕੰਟਰੋਲ ਹੋਵੇ। ਪਰ ਅਕਾਲੀ ਦਲ ਜਿਹੜਾ ਸੀਗਾ ਲੰਬੇ ਚਿਰ ਤੋਂ 1920 ਦੇ ਵਿੱਚ ਬਣਿਆ ਸੀਗਾ ਜੀ, ਇਹ ਈ ਜਨਰੇਸ਼ਨ ਉੱਪਰ ਵੀ ਅਤੇ ਅਕਾਲੀ ਦਲ ਦੇ ਵਿੱਚ ਵੀ ਇਹਨਾਂ ਦਾ ਈ ਕੰਟਰੋਲ ਰਿਹਾ ਹੈਗਾ। 84 ਤੋਂ ਬਾਅਦ ਕਈ ਅਕਾਲੀ ਦਲ ਬਣੇ ਆ, ਜਿਵੇਂ ਮਾਨ ਦਾ ਅੰਮ੍ਰਿਤਸਰ ਅਕਾਲੀ ਦਲ ਬਣਿਆ ਹੈਗਾ, ਹੋਰ ਵੀ ਕਈ ਅਕਾਲੀ ਦਲ ਹੈਗੇ, 3-4 ਹੋਏ ਆ। ਹਾਂਜੀ, ਅਤੇ ਪਰ ਜਿਹੜਾ ਅਕਾਲੀ ਦਲ ਜਿਹਦੇ ਨਾਲ ਬਾਦਲ ਜਿਹਦੇ ਰਹੇ ਮੁਖੀ ਰਹੇ ਨਾ, ਹਾਂਜੀ, ਉਹ ਹੀ ਜ਼ਿਆਦਾ ਪਾਵਰ 'ਚ ਰਿਹਾ। ਅਤੇ ਹੁਣ ਲੇਟਲੀ 2 ਇਲੈਕਸ਼ਨ ਹਾਰ ਗਏ ਆ ਪੰਜਾਬ 'ਚ, ਉਹਨੇ 5-3-4 MLA ਸਿਰਫ ਜਿੱਤੇ ਸੀਗੇ ਅਤੇ 117 ਵਿੱਚੋਂ, ਅਤੇ ਹੁਣ ਪਾਰਲੀਮੈਂਟ 13 ਸੀਟਾਂ, ਉਹਨਾਂ ਦੇ ਵਿੱਚੋਂ ਵੀ 1 ਸੀਟ ਕੱਢ ਸਕੇ ਹੈਗੇ ਆ। ਅਤੇ ਹੁਣ ਪਾਰਟੀ ਵਿੱਚ ਹੀ ਬਗਾਵਤ ਆ ਵੀ ਲੀਡਰਸ਼ਿਪ ਬਦਲਣੀ ਚਾਹੀਦੀ ਆ। ਇਹਨਾਂ ਕੰਟਰੀ 'ਚ ਆਪਾਂ ਸਾਰਿਆਂ ਨੂੰ ਪਤਾ ਵੀ ਜੇ ਕੋਈ ਪਾਰਟੀ ਦਾ ਲੀਡਰ ਇਲੈਕਸ਼ਨ ਹਾਰ ਜਾਂਦਾ ਉਹ ਪਿੱਛੇ ਹਟ ਜਾਂਦਾ, ਪਾਰਟੀ ਜਿਹੜੀ ਹੈਗੀ ਆ ਫਿਰ ਆਪਣੀ ਲੀਡਰਸ਼ਿਪ ਨਵੀਂ ਨੂੰ ਮੂਹਰੇ ਲੈ ਆਉਂਦੀ ਆ। ਪ੍ਰੋਪਰ ਉਹਦੀ ਮੀਡੀਆ 'ਤੇ ਆਉਂਦੇ ਹੈਗੇ ਆ ਸਾਰੇ ਇਲੈਕਸ਼ਨ 'ਚੋਂ ਆਪਸ 'ਚ, ਉਹ ਜਿਹੜੇ ਇਹਨਾਂ ਦੀ ਮੈਂਬਰਸ਼ਿਪ ਹੈਗੀ ਆ ਅਤੇ ਜਾਂ ਜਿਹੜੇ ਇਹਨਾਂ ਦੇ ਪਾਰਲੀਮੈਂਟ ਮੈਂਬਰ ਹੁੰਦੇ ਆ ਉਹ ਸ਼ਾਰਟਲੈਸ ਕਰਦੇ ਆ ਵੀ ਕਿਹਨੇ ਕਿਹਨੇ, ਮਤਲਬ ਥੋੜ੍ਹਾ ਜਿਹਾ ਲੋਕਤੰਤਰ ਹੈ, ਲੋਕਤੰਤਰ ਦੇ ਅਸੂਲ ਥੋੜ੍ਹੇ ਜਿਹਾ ਮੰਨੇ ਜਾਂਦੇ ਆ, ਮੰਨਦੇ ਆ ਲੋਕਾਂ ਦੇ। ਅਤੇ ਪਰ ਆਪਣੇ ਹੀ ਕੰਟਰੀਆਂ ਦੇ ਵਿੱਚ ਜਿਹੜੇ ਹੈਗੇ ਆ ਸ਼ੱਕ ਕਹਿੰਦੇ ਹੁੰਦੇ ਮੈਂਬਰਸ਼ਿਪ ਕਰਦੇ, ਮੇਰੇ ਖਿਆਲ ਫੀਸ ਮੈਂਬਰਸ਼ਿਪ ਨਹੀਂ ਹੁੰਦੀ ਹੈਗੀ, ਪਹਿਲਾਂ ਪ੍ਰੋਪਰ ਮੈਂਬਰਸ਼ਿਪ ਹੋਵੇ ਪਿੰਡ ਲੈਵਲ 'ਤੇ ਹੋਵੇ, ਫਿਰ ਡਿਸਟ੍ਰਿਕਟ ਲੈਵਲ 'ਤੇ ਹੋਵੇ, ਫਿਰ ਉਹਦੇ ਵਿੱਚੋਂ ਇਹ ਲੀਡਰ ਅੱਗੇ ਚੁਣ ਕੇ ਜਾਣ ਅਤੇ ਫਿਰ ਉਹ ਫਿਰ ਹੀ ਉਹ ਆਪਣੀ ਲੀਡਰਸ਼ਿਪ ਬਦਲ ਸਕਦੇ ਆ ਨਾ। ਹੁਣ ਤਾਂ ਉਹਨਾਂ ਦੇ ਬਸ ਜੀ ਜਿਹੜੇ ਹੁੰਦੇ ਆ ਮੂਹਰੇ, ਜਾਂ ਕੋਰ ਕਮੇਟੀ ਆ ਜੀ, ਜਾਂ ਸਰਥਾਨੀ ਕਮੇਟੀ ਆ ਜੀ, ਫਲਾਨੀ ਕਮੇਟੀਆਂ ਬਣਾਈਆਂ ਆ, ਅਤੇ ਉਹ ਬੰਦੇ ਆਪਣੇ ਹੀ ਉਹਨੀ ਰੱਖੇ ਹੁੰਦੇ ਜਿਹੜੇ ਉਹਨਾਂ ਦੇ ਨਾਲ ਲੋ ਲਿਆ ਜਿਹੜੇ ਉਹ ਹੀ ਕਰਦੇ ਹੈਗੇ ਆ। ਅਤੇ ਕੋਈ ਆਵਾਜ਼ ਬਹੁਤੀ ਠਾਲਦਾ ਵੀ ਨਹੀਂ ਗਾ ਅਕਾਲੀ ਲੀਡਰ ਲੀਡਰਸ਼ਿਪ ਦੇ ਅਗੇਂਸਟ ਵੀ ਇਹ ਨਹੀਂ ਸਾਨੂੰ ਮੁੜ ਕੇ MLA ਸੀਟ ਨਹੀਂ ਮਿਲਣੀ ਹੈਗੀ, ਕੋਈ ਚੇਅਰਮੈਨਸ਼ਿਪ ਨਹੀਂ ਮਿਲਣੀ ਹੈਗੀ, ਅਤੇ ਸਾਡੇ ਇਲਾਕੇ ਜਿਹੜੀ ਹੈਗੀ ਆ ਸਾਡਾ ਰਸੂਖ ਲੋਕਾਂ 'ਚ ਘੱਟ ਜਾਣਾ ਹੈਗਾ, ਸਰਕਾਰ ਘੱਟ ਜਾਣਾ ਹੈਗਾ। ਅਤੇ ਇਹ ਹੁਣ ਕੇਸ ਚਲਾ ਗਿਆ ਆਪਣੇ ਪਤਾ ਅਕਾਲ ਤਖ਼ਤ ਦੇ ਉੱਤੇ ਜੀ, ਇਹ ਜਿਹੜਾ ਅਕਾਲ ਤਖ਼ਤ ਦੇ ਕੇਸ ਲੇਟਲੀ ਜਿਹੜੀ ਪਾਰਟੀ 'ਚ ਬਗਾਵਤ ਕਰਕੇ ਲੋਕ ਲੈ ਗਏ ਆ, ਵੀ ਇੱਕ ਤਾਂ ਕਈ ਫੈਸਲੇ ਜਿਹੜੇ ਹੈਗੇ ਆ ਅਕਾਲੀ ਦਲ ਸਰਕਾਰ ਵੇਲੇ ਗਲਤ ਹੋਏ ਹੈਗੇ, ਇੱਕ ਤਾਂ ਬੇਅਦਬੀ ਦੀ ਬਰਗਾੜੀ ਕਾਂਡ ਦੀ ਆ, ਇੱਕ ਡੇਰੇਦਾਰ ਹੈਗਾ ਜਿਹਨੂੰ ਆਪਾਂ ਆਰਾਮ ਰਹੀਮ ਦੀ ਉਹਦੇ ਡੇਰੇ ਦੀ ਗੱਲ ਹੈ, ਵੀ ਉਹਨੂੰ ਮਾਫ਼ ਕਰਤਾ ਗਿਆ ਬਿਨਾਂ ਹੀ ਗੱਲੋਂ, ਉਹ 'ਚੋਂ ਨਵੇਂ ਆਪਣੇ ਤੁਹਾਡੇ ਸਾਹਮਣੇ ਚੀਜ਼ਾਂ ਨਵੀਆਂ ਆ ਰਹੀਆਂ ਹੈਗੀਆਂ ਬਈ ਹੋਰ ਚਿੱਠੀ ਜਿਹੜੀ ਆ ਇਹ ਨਹੀਂ ਪਤਾ ਕਿੰਨੀ ਵੀ ਉਹ ਸਹੀ ਚਿੱਠੀ ਸੀ ਕਿ ਮੈਂ ਜਾਣਦੇ ਨਹੀਂ ਸੀਗੀ, ਇਹਦੇ ਵਿੱਚ ਵੀ ਵਾਦ ਵਾਦ ਹੈਗਾ। ਅਤੇ ਕੁਛ ਇੱਕ ਮੈਨੂੰ ਥੋੜ੍ਹੀ ਜਿਹੀ ਜਿਹੜੀ ਮੈਂ ਗੱਲ ਕਰਨ ਲੱਗਾ ਇਹ ਆ ਬਈ ਇੰਡੀਆ ਦੀਆਂ ਏਜੰਸੀਆਂ ਹੋਈਆਂ BJP ਕਾਂਗਰਸ ਇਹ ਸਾਰੇ ਨਾ ਖਤਮ ਕਰਨਾ ਚਾਹੁੰਦੇ ਅਕਾਲੀ ਸਿੱਖਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ, ਇੱਕੋ ਇੱਕ ਪਾਰਟੀ ਇਹਨਾਂ ਦੀ ਸੀਗੀ ਜਿਹੜੀ ਕੋਈ ਸਖ਼ਤ ਪੈਸੇ ਦੇ ਪੰਜਾਬ ਸਰਕਾਰ ਦੇ ਲੈ ਸਕਦੀ ਸੀ, ਉਹ ਚਾਹੁੰਦੇ ਇਹ ਖੇਰੂ ਖੇਰੂ ਹੋ ਜਾਏ ਜਿੱਦਾਂ ਹੁੰਦੀ ਪਾੜੋ ਅਤੇ ਰਾਜ ਕਰੋ ਨੀਤੀ ਹੁੰਦੀ ਨਾ,
ਅਤੇ ਉਹ ਪਾੜੋ ਦੀ ਰਾਜਨੀਤੀ ਹੋਣ ਕਰਕੇ ਉਹ ਆਪਾਂ ਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਕਰਤਾ, ਕੁਛ ਸਾਡੇ ਗਰਮ ਖਿਆਲੀ ਚਲੇ ਗਏ, ਕੁਛ ਅਕਾਲੀ ਦਲ ਕਈ ਬਣ ਗਏ ਹੈਗੇ ਆ, ਅਤੇ ਇਹਨਾਂ ਨੂੰ ਇੰਨਾ ਵੀਕ ਕਰ ਦਿਓ ਵੀ ਇਹ ਮੁੜ ਕੇ ਜਿਹੜੀ ਆਪਣੇ ਰਾਜ ਦੀ ਗੱਲ ਕਰਦੇ ਆ, ਸਿੱਖੀ ਦੇ ਬੋਲਬਾਲੇ ਦੀ ਗੱਲ ਕਰਦੇ ਆ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ, ਬਾਅਦ ਕਹਿੰਦੇ ਗੱਲ ਕਰਨ ਜੋਗੇ ਰਹਿਣੀ ਨਾ। ਸਾਡੀ ਜਿਹੜੀ ਗਰਮ ਖਿਆਲ ਲੀਡਰਸ਼ਿਪ ਵੀ ਹੈ ਮੈਂ ਦੇਖਿਆ ਉਹ ਵੀ ਬਹੁਤ ਹੀ ਕਾਂਗਰਸ ਕੇਸ ਮੈਂ ਬਹੁਤ ਘੱਟ ਲੇਟਲੀ ਸੁਣੀਆਂ ਬੋਲਦੀ ਆ, ਆਪ ਅਗੇਂਸਟ ਕਦੀ ਨਹੀਂ ਬੋਲਦੀ ਹੈਗੀ, ਸਾਰਿਆਂ ਨੂੰ ਪਤਾ ਵੀ ਉਹ ਸ਼ਰਾਬੀ ਬੰਦੇ ਨੂੰ ਚੀਫ ਮਿਨਿਸਟਰ ਬਣਾਤਾ ਹੈਗਾ, ਕਦੀ ਨਹੀਂ ਉਹਦੇ ਅਗੇਂਸਟ ਬੋਲਦੀ ਮੈਂ ਦੇਖੀ। ਪਰ ਅਕਾਲੀਆਂ ਦੁਆਲੇ ਇਹ ਸਾਰੇ ਹੋਏ ਰਹਿੰਦੇ ਹੈ, ਇਹ ਨਹੀਂ, ਇਹ ਨਹੀਂ ਕਰਦੇ, ਇਹ ਨਹੀਂ ਕਰਦੇ। ਇੱਕ ਮੈਂ ਥੋੜ੍ਹੀ ਜਿਹੀ ਹੋਰ ਗੱਲ ਆ ਦੇ ਹੁੰਦੀ ਵੀ ਨਹੀਂ, ਪਰ ਬਾਈ ਸਾਹਿਬ ਇਹ ਜਿਹੜੇ ਜਿਹੜੇ ਤੁਹਾਨੂੰ ਮੁਖੀ ਆ ਗੱਲ, ਜਿਹਨੂੰ ਮੁਖੀ ਬਣਾਇਆ, ਜਦੋਂ ਸੱਤਾ ਦਿੱਤੀ ਹੋਵੇ ਜਾਂ ਜਿਹੜਾ ਆਗੂ ਤੁਹਾਡਾ ਹੋਵੇ, ਉਹਨੂੰ ਹੀ ਉਹਨੂੰ ਪੁੱਛਿਆ ਜਾਊਗਾ ਫਿਰ? ਨਹੀਂ ਨਹੀਂ, ਜੇ ਤੁਸੀਂ ਉਸ ਪਾਰਟੀ ਦੇ ਨਹੀਂ ਮੈਂਬਰ ਹੀ ਨਹੀਂ ਉਸ ਪਾਰਟੀ ਦੇ, ਤੇ ਫਿਰ ਤੁਸੀਂ ਉਹ ਤੋਂ ਕਿਹੜੇ ਕਹਿੰਦਾ ਹੱਕ ਰਹਿੰਦੇ ਰੱਖਦੇ ਨਹੀਂ ਤੁਸੀਂ ਕੋਈ ਵੀ ਨਾ ਮੇਰੇ ਹਿਸਾਬ ਨਾਲ। ਨਹੀਂ ਮੈਂ ਕਹਿੰਦਾ, ਪਰ ਜੇ ਤੁਸੀਂ ਉਸ ਇਲਾਕੇ ਦੇ ਵਿਛਿੰਦੇ ਆ ਵੱਸਦੇ ਆ, ਤੁਹਾਡਾ ਹੱਕ ਬਣਦਾ ਵੀ ਤੁਹਾਡੇ ਆਗੂ ਨੂੰ, ਤੁਹਾਡੇ ਲੀਡਰ ਨੂੰ ਜਿਹੜਾ ਉੱਥੇ ਰਾਜ ਕਰ ਰਿਹਾ ਜਾਂ ਤੁਹਾਡਾ ਅਫਸਰ ਆ, ਉਹਨੂੰ ਪੁੱਛੋ ਵੀ ਤੁਸੀਂ ਆ ਆ ਘਾਟ ਕੋਈ ਜਾਂ ਕੋਈ। ਤੁਹਾਡੀ ਗੱਲ ਠੀਕ ਆ, ਪਰ ਉਹ ਕਾਂਗਰਸ ਹੁੰਦਾ ਜਾਂ ਆਪ ਨੂੰ ਕੱਲ੍ਹ ਨੇ ਕਹਿੰਦੇ। ਹਾਂ ਹਾਂ, ਇਹ ਗੱਲ ਠੀਕ ਹੈ, ਸਾਰਿਆਂ ਨੂੰ ਪੁੱਛਿਆ ਜਾਂਦਾ ਜਿਹੜਾ ਜਿਹੜਾ ਸੱਤਾਧਾਰੀ ਆ, ਇਹਨਾਂ ਦੇ ਬਿਆਨ ਕੰਪੇਅਰ ਕਰ ਲਓ, ਉਹਨਾਂ ਦੇ ਅਗੇਂਸਟ ਮੇਰੇ ਖਿਆਲ ਇੱਕ ਹੋਊਗਾ ਤੇ ਕਾਲੇ ਦੇ ਅਗੇਂਸਟ 100 ਹੋਊਗਾ। ਜਿਹਦੇ ਕੋਲ ਸੱਤਾ ਹੈਗੀ ਆ ਉਹਨੂੰ ਪੁੱਛਿਆ ਜਾਣਾ ਚਾਹੀਦਾ, ਉਹ ਇਹਨੇ ਕੋਲ ਕਾਲੇ ਕੋਲ ਸੱਤਾ ਵੀ ਨਹੀਂ, ਆਨਸਰ ਦੇ 7-8 ਸਾਲ ਤੋਂ ਸੱਤਾ ਹੈ ਨਹੀਂ, 10 ਸਾਲ ਹੋ ਜਾਂਦੇ, ਫੇ ਵੀ ਉਹਨੂੰ ਹੀ ਨਿੰਦੀ ਜਾਂਦੇ ਰਹਿੰਦੇ ਰਹਿੰਦੇ, ਉਹ ਵੀ ਸਿੱਖ ਲੈਂਦੇ ਆ, ਉਹ ਵੀ ਤਿਆਰ ਪਰ ਤਿਆਰ ਕੁਛ ਸਿੱਖ ਲੈਂਦੇ ਹੈਗੇ ਆ। ਸਾਡੀ ਤਾਂ ਚਾਹੀਦੀ ਜਿਹੜੀ ਪਾਰਟੀ ਹੁਣ ਲੀਡ ਕਰ ਰਹੀ ਹੈ, ਜਿਹੜੀ ਪੰਜਾਬ 'ਚ ਕੰਟਰੋਲ ਕਰਦੀ ਹੈ, ਸੈਂਟਰ ਕੰਟਰੋਲ ਕਰਦੀ ਆ, ਉਹਨਾਂ 'ਚ ਕਿਹੜੀ ਖਾਮੀਆਂ ਹੈਗੀਆਂ, ਕਰਜ਼ਾ ਚੱਕੀ ਜਾਂਦੇ ਰਹਿੰਦੇ ਆ, ਆਹ ਮਾਫ਼ ਕਰ ਦੇਣਾ, ਆਪ ਦੇਣਾ, ਆਪ ਜਿਹੜੀਆਂ ਸਾਰੀਆਂ ਸਹੂਲਤਾਂ ਲਈ ਜਾਂਦੇ ਰਹਿੰਦੇ ਹੈਗੇ ਆ, ਅਤੇ ਉਹਨਾਂ ਦੁਆਲੇ ਵੀ ਹੋਣਾ ਚਾਹੀਦਾ ਨਾ ਉਹਨਾਂ। ਅਤੇ ਅਕਾਲੀ ਦਲ ਦਾ ਸੁਧਾਰ ਕਿੱਦਾਂ ਹੁਣ ਹੁਣ ਸਥਿਤੀ ਹੁਣ ਕਿੱਦਾਂ ਬਦਲ ਕਿੱਦਾਂ ਸਕਦੀ ਹੈ, ਇਹਨੂੰ ਕਿੱਦਾਂ ਮੋਰੇ ਕਿੱਦਾਂ ਜਿਹੜਾ ਲੀਡ ਕਰੇ ਜੀ ਹੁਣ ਜਿਹੜਾ ਨਾ ਆਹ ਕੇਸ ਗਿਆ ਅਕਾਲ ਤਖ਼ਤ 'ਤੇ ਨਾ, ਇਹ ਮੈਂ ਇਹਨਾਂ ਬਹੁਤਾ ਸਹਿਮਤ ਨਹੀਂ ਹੁੰਦਾ, ਮੇਰੇ ਖਿਆਲ ਡਿਫਰੈਂਟ ਆ, ਸ਼ਾਇਦ ਜਿਹੜੇ ਸੁਣਨ ਵਾਲਿਆਂ ਨੂੰ ਵੀ ਨੇ ਵੀ ਪਸੰਦ ਆਉਣ। ਦੇਖੋ ਸ਼੍ਰੋਮਣੀ ਕਮੇਟੀ ਦੇ ਕੋਲ ਨਾ ਉਹਨਾਂ ਦਾ ਧਾਰਮਿਕ ਵਿੰਗ ਹੁੰਦਾ ਸੀਗਾ, ਧਾਰਮਿਕ ਬੋਡੀ ਹੁੰਦੀ ਸੀ, ਉਹਦੇ ਵਿੱਚ ਪ੍ਰਤਿਬੰਧਿਤ ਧਾਰਮਿਕ ਸ਼ੀਤਾਂ ਅਤੇ ਬੁੱਧੀਜੀਵੀ ਹੁੰਦੇ ਸੀ, ਸਾਰੀਆਂ ਕੰਪਲੇਨ ਪਹਿਲਾਂ ਉੱਥੇ ਜਾਂਦੀਆਂ ਸੀ। 21 ਮੈਂਬਰੀ ਸੀ, 31 ਮੈਂਬਰੀ ਕਮੇਟੀ ਜਿੰਨੀ ਮਰਜ਼ੀ ਵਧਾਈ ਜਾ ਸਕਦੀ, ਸਹੀ ਹੈ ਕੌਂਸਲ ਹਿਸਾਬ ਨਾਲ ਸ਼੍ਰੋਮਣੀ ਦੇ ਨਾਲ, ਉੱਥੇ ਕੰਪਲੇਨ ਸਾਰੀਆਂ ਜਾਣੀਆਂ ਚਾਹੀਦੀਆਂ। ਉੱਥੇ ਬੁੱਧੀਜੀਵੀ ਪੜ੍ਹੇ ਲਿਖੇ ਸੀਗੇ, ਕ੍ਰੀਮ ਹੁੰਦੀ ਸੀ ਪੰਥ ਦੀ, ਉਹ ਸਾਰੇ ਡਿਸੀਜਨ ਲੈਂਦੀ ਸੀ, ਉਹ ਡਿਸੀਜਨ ਜਿਹੜੇ ਸੀ ਅਕਾਲ ਤਖ਼ਤ ਨੂੰ ਦਿੰਦੀ ਸੀ ਵੀ ਸਾਡੀ ਸੋਚ ਆਹ ਆ, ਉਹ ਤੋਂ ਬਾਅਦ ਅਕਾਲ ਜਥੇਦਾਰ ਆਪਣੀ ਸਟੇਟਮੈਂਟ ਦਿੰਦਾ ਸੀ ਵੀ ਆਹ ਗਲਤ ਆ ਠੀਕ ਆ। ਹੁਣ ਜਥੇਦਾਰ ਅਕਾਲ ਤਖ਼ਤ ਆਪਾਂ ਕਹਿੰਦੇ ਹੈਗੇ ਹਾਂ ਜਾਂ ਜਿਹੜੇ ਜਥੇਦਾਰ ਆ, ਹੁਣ ਉਹ 'ਤੇ ਇੱਕ ਬੰਦੇ ਪ੍ਰੈਸ਼ਰ ਪਾਇਆ ਜਾ ਸਕਦਾ ਵੀ ਜਿੱਦਾਂ ਰਾਮ ਰਹੀਮ ਨੂੰ ਮਾਫ਼ ਕਰਨ ਦੇ ਵਿੱਚ ਸਾਰਾ ਪੰਥ ਨਹੀਂ ਚਾਹੁੰਦਾ ਸੀ ਉਹਨੂੰ ਮਾਫ਼ ਕੀਤਾ ਜਾਵੇ ਵੀ ਜਿੱਡੀ ਵੱਡੀ ਪੱਧਰ 'ਤੇ ਉਹ ਗੁਰੂਡਮ ਫੈਲਾ ਰਿਹਾ ਸੀਗਾ, ਅਤੇ ਜਿੱਦਾਂ ਉਹਨੇ ਬੇਅਦਬੀਆਂ ਕਰਾਈਆਂ ਉਹਨੇ, ਇਹ ਤਾਂ ਕਲੀਅਰ ਹੀ ਆ, ਅਤੇ ਉੱਤੇ ਕਿੰਨੇ ਕੇਸ ਉਹਦੇ ਰੇਪ ਦੇ ਬਣੇ, ਹੁਣ ਜੇਲ੍ਹ 'ਚ ਬੈਠਾ ਹੋਏ, ਉਸ ਬੰਦੇ ਨੂੰ ਮਾਫ਼ ਕਰ ਦੇਣਾ। ਉਹਦੇ ਵਿੱਚ ਅਕਾਲੀ ਦਲ ਨੇ ਕਹਿੰਦੇ ਪ੍ਰੈਸ਼ਰ ਪਾਇਆ ਜਥੇਦਾਰਾਂ 'ਤੇ, ਪਰ ਜਥੇਦਾਰ ਵੀ ਇੰਨੇ ਵੀਕ ਨਿਕਲਿਆ ਵੀ ਉਹਨੇ ਉਹਨਾਂ ਦਾ ਕਿਸਾ ਮੰਨ ਲਿਆ, ਨਹੀਂ ਮੰਨਣਾ ਚਾਹੀਦਾ ਸੀ ਉਹਨਾਂ ਨੂੰ, ਨੌਕਰੀ ਲਈ ਚਮਚਾਗਿਰੀ ਕਰਤੀ ਉਹਨਾਂ ਨੇ, ਵੱਡੀ ਬੇਅਦਬੀ ਤਾਂ ਉਹਨਾਂ ਦੀ ਆ ਜਿਹੜਾ ਪੰਜਾਂ ਫੈਸਲਾ ਕੀਤਾ ਹੈਗਾ, ਉਹਨੇ ਆਪਣੀ ਜਿਹੜੀ ਆ ਜੋ ਦਾ ਰੁਤਬਾ ਸੀਗਾ ਉਹਦੀ ਸਹੀ ਵਰਤੋਂ ਨਹੀਂ ਕੀਤੀ ਉਹਨੇ, ਨਹੀਂ ਸਹੀ ਵਰਤੋਂ ਦਾ ਕੀ ਕਰਨੀ ਹੈਗੀ ਆ, ਉਹਨੇ ਬਹੁਤ ਨੀਵਾਂ ਪਣ ਲਿਆਤਾ ਉਹਦੇ ਵਿੱਚ, ਐਡੀ ਵੱਡੀ ਗਲਤੀ ਕੀਤੀ ਹੋਵੇ ਤੇ ਤੁਸੀਂ ਇੱਕ ਦੋ ਅਕਾਲੀ ਲੀਡਰਸ਼ਿਪ ਦੇ ਆਖੇ ਲੱਗ ਜਾਏ, ਜੇ ਤੂੰ ਸਮਝ ਮੈਂ ਆਖੇ ਲੱਗ ਜਾਂਗੇ, ਸਿੰਘ ਦਾ ਸੀਸ ਤੱਕ ਦੇਣਦੇ ਆ ਵੀ ਨਹੀਂ ਇਹ ਗੁਰੂਡਮ ਹੈਗਾ, ਗੁਰੂਆਂ ਨੇ ਬੇਅਦਬੀ ਕੀਤੀ ਆ, ਇਹ ਨਹੀਂ ਮਾਫ਼ ਜੋ ਕੋਣੇਗਾ ਅਸੀਂ ਨਹੀਂ ਕਰਾਂਗੇ, ਜਾਂ ਕਹਿੰਦੇ ਨਹੀਂ ਅਸੀਂ 100 ਬੰਦੇ ਦੀ ਬੁੱਧੀਜੀਵੀ ਕਮੇਟੀ ਬਣਾਓ, ਉਹ 'ਚ ਕੇਸ ਲੈ ਕੇ ਜਾਓ, ਜੇ ਉਹ ਰਿਕਮੈਂਡ ਕਰੂਗੀ ਅਸੀਂ ਉਹ ਫੈਸਲਾ ਕਰਾਂਗੇ। ਹੁਣ ਵੀ ਫੈਸਲੇ ਥੋੜ੍ਹੇ ਇੱਦਾਂ ਹੀ ਹੋਣੇ ਚਾਹੀਦੇ ਆ, ਉੱਥੇ 25-30 ਬੰਦਾ ਜਿਹੜੇ ਨਾਲ ਇਹਨਾਂ ਕੌਂਸਲ 'ਚ ਲਿਖਿਆ ਸ਼੍ਰੋਮਣੀ ਕਮੇਟੀ ਦੇ ਵਿੱਚ, ਉਹ ਕਮੇਟੀ ਮੁੜ ਕੇ ਸੁਰਜੀਤ ਹੋਣੀ ਚਾਹੀਦੀ ਆ। ਇਹ ਅਕਾਲੀ ਦਲ ਨੇ ਇਹ 'ਚ ਵੀ ਅਕਾਲੀ ਦਲ ਇੱਕ ਸੁਰਵਾਰਿਆ, ਇੰਨੀ ਉਹ ਭੰਗ ਕਰਦੀ ਆ ਵੀ ਇਹ ਸਿਆਣੇ ਬੰਦੇ ਹੈ ਕਿ ਸਾਡੀ ਮਨ ਮਰਜ਼ੀ ਨਹੀਂ ਚੱਲਣੀ,
ਇਹ ਨਹੀਂ ਉਹਨੂੰ ਜਿਹੜੀ ਇੱਕ ਕਿਸਮ ਦਾ ਖਤਮ ਹੀ ਕਰਤਾ ਉਹਨੂੰ। ਇਹ ਕਈ ਵਾਰੀ ਗੱਲ ਮੇਰੀ ਬੰਦੇ ਜਿਹਨਾਂ ਨੂੰ ਵਿੱਚ ਚੁਣਿਆ ਵੀ ਗਿਆ ਸੀ ਕਿ ਸਾਨੂੰ ਸੱਦਾ ਹੀ ਨਹੀਂ ਕਦੀ ਸਾਡੀ ਵਾਰ, ਕਹਿੰਦੇ ਨਹੀਂ ਜੀ ਖਤਮ ਆ ਜੀ। ਉਹ ਸਿੱਧਾ ਹੀ ਇੱਕ ਬੰਦੇ ਨੂੰ ਕੰਟਰੋਲ ਕਰਨਾ ਸੌਖਾ ਰਹਿੰਦਾ, ਪੰਜਾਂ ਤਾਕਤਾਂ ਨੂੰ ਤਿੰਨਾਂ ਚੋਂ ਉਹਨੂੰ ਪਤਾ ਹੁੰਦਾ ਵੀ ਇਹਨਾਂ ਨੂੰ ਕੰਟਰੋਲ ਕਰਨਾ ਸੌਖਾ ਰਹਿੰਦਾ ਹੈਗਾ। ਹੁਣ ਬੜੀ ਪਰਖ ਦੀ ਘੜੀ ਆ ਜਹੇਦਾਰ ਦੇ ਮੂਹਰੇ। ਚਲੋ ਜਹੇਦਾਰ ਸਾਡੇ ਕੋਲ ਵੀ ਦੋ ਕੁ ਬਿੱਕਾਂ ਰਵੀਸ ਹੋਣੀ ਆਏ ਸੀਗੇ ਆਪਣੇ ਕੋਲ, ਅਤੇ ਬੜੀ ਗੁਰਦੁਆਰਾ ਸਾਹਿਬ ਸ਼ਲਾਘਾ ਕੀਤੀ ਆ ਵੀ ਜੇ ਦੁਨੀਆਂ 'ਚ ਕੋਈ ਮਿਊਜ਼ੀਅਮ ਬਣਿਆ ਹੈਗਾ ਜਾਂ ਕੋਈ ਵਿਰਸਾ ਸੰਭਾਲਿਆ ਗਿਆ ਤਾਂ ਡਰਬੀ ਦੀ ਸੰਗਤ ਨੇ ਸੰਭਾਲਿਆ ਹੈਗਾ, ਸਿੰਘ ਸਭਾ ਨੇ ਸੰਭਾਲਿਆ ਹੈਗਾ। ਅਤੇ ਮੈਨੂੰ ਵੀ ਬਹੁਤ ਪ੍ਰੈਸ਼ਰ ਆਇਆ ਸੀ ਇੰਡੀਆ ਤੋਂ ਵੀ ਤੁਸੀਂ ਜੇ ਸਾਨੂੰ ਆ ਗਿਆ ਕਿ ਮੈਂ ਬਹੁਤਾ ਨਹੀਂ ਕਿਹਾ ਹੈਗਾ, ਮੈਂ ਸਾਫ ਦੱਸਦੇ ਹਾਂ। ਮੈਂ ਕਿਹਾ ਨਹੀਂ ਮੈਂ ਪੰਜਾਂ ਸਿੰਘਾਂ ਦੇ ਦਖਲ ਦੇ ਵਿੱਚ ਮੈਂ ਦਖਲਅੰਦਾਜ਼ੀ ਨਹੀਂ ਕਰਨੀ ਹੈਗੀ। ਮੇਰੀ ਅੰਦਰੋਂ ਆਵਾਜ਼ ਆਉਂਦੀ ਹੁੰਦੀ ਵੀ ਮੈਂ ਪੰਜਾਂ ਦੇ ਵਿੱਚ ਨਾ ਵੀ ਹਰੇਕ ਹੀ ਬੰਦਾ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ, ਆਹ ਕਰੋ ਨਹੀਂ ਤਾਂ ਆਹ ਹੋ ਜਾਊਗਾ ਆਹ ਹੋ ਜਾਊਗਾ, ਉਹਨਾਂ ਦੇ ਉੱਤੇ ਫੈਸਲਾ ਰਹਿਣ ਦੇਣਾ ਚਾਹੀਦਾ ਜੀ। ਉੱਦਾਂ ਉਹਨਾਂ ਦੇ ਪੰਜ ਸਿੰਘਾਂ ਲਈ ਨਾ ਬੜਾ ਹਾਰਡ ਆ। ਚਲੋ ਹੁਣ ਪੰਜਾਬ 'ਚ ਲੈਣੇ ਹੋ ਕਈ ਤਖਤਾਂ ਦੋ ਬਾਹਰੋਂ ਤਖਤਾਂ ਦੇ ਹੁੰਦੇ ਸੇਵਾਦਾਰ, ਅਤੇ ਉਹਨਾਂ 'ਚ ਕਾ ਹੋਰ ਪਾਸੇ ਵੀ ਹੋ ਸਕਦਾ ਹੁੰਦਾ ਉਹ। ਅਤੇ ਅੱਗੇ ਪਹਿਲਾਂ ਤਾਂ ਉੱਦਾਂ ਸਦਾ ਪੰਜਾਬ ਦੇ ਵਿੱਚੋਂ ਹੀ ਜਿਹੜੇ ਆ ਤਿੰਨ ਤਖਤਾਂ ਦੇ ਅਤੇ ਦੋ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਹੁੰਦੇ ਆ। ਚਾਹੇ ਹੁਣ ਤਾਂ ਸ਼ਾਇਦ ਇੱਦਾਂ ਹੋਊਗੀ, ਉਹਨਾਂ ਲਈ ਵੀ ਫੈਸਲਾ ਇਹ ਨਾ ਸੌਖਾ ਜਿਹਾ ਨਹੀਂਗਾ ਬਈ। ਹੁਣ ਜਿਹਦੇ ਵੀ ਗੇਂਸ ਫੈਸਲਾ ਆ ਗਿਆ ਉਹਨੇ ਈ ਕਹਿਣਾ ਦੇਖੋ ਜੀ ਜਥੇਦਾਰ ਦੇ ਪ੍ਰੈਸ਼ਰ ਇਹਦਾ ਪੈ ਗਿਆ ਜੀ, ਕਹਿਣਾ ਇਹਦਾ ਪੈ ਗਿਆ ਜੀ, ਆਹ ਗਲਤ ਕਰਦਾ ਜੀ, ਆਹ ਠੀਕ ਕਰਦਾ ਜੀ, ਉਸ ਅਥਾਰਟੀ ਦਾ ਵਕਾਰ ਵੀ ਘੱਟ ਜਾਂਦਾ ਨਾ ਜੇ ਤੁਸੀਂ ਫੈਸਲਾ ਨਹੀਂ ਮੰਨਦੇ। ਨਹੀਂ ਮੇਰੇ ਖਿਆਲ ਜਥੇਦਾਰਾਂ ਨੂੰ ਵੀ ਚਾਹੀਦਾ ਸੀ, ਜਿੱਦਾਂ ਕਈ ਥਾਈਂ ਕਈ ਸੰਸਥਾ ਨੇ ਰਾਏ ਵੀ ਦਿੱਤੀ ਆ ਵੀ ਉਹਨਾਂ ਨੂੰ ਆਹ ਫੈਸਲਾ ਕਰਨ ਤੋਂ ਪਹਿਲਾਂ ਜਾਂ ਜਿੱਦਣ ਫੈਸਲਾ ਕਰਨਾ ਵੀ ਉੱਦਣ ਹੀ ਕਹਿਣਾ ਚਾਹੀਦਾ। ਨਹੀਂ ਅਸੀਂ 50 ਮੈਂਬਰੀ ਜਾਂ 21 ਮੈਂਬਰੀ ਜਾਂ 31 ਮੈਂਬਰੀ ਕੋਈ ਬੁੱਧੀਜੀਵੀਆਂ ਦੀ, ਜਿਹੜੇ ਪੰਥਕ ਬੁੱਧੀਜੀਵੀ ਆ, ਹਰੇਕ ਬੁੱਧੀਜੀਵੀ ਮੈਂ ਗੱਲ ਨਹੀਂ ਕਰਦਾ ਹੈਗਾ, ਜਿਹੜੇ ਜਿਹਨਾਂ ਦਾ ਕੋਈ ਵਾਦ ਨਹੀਂ ਗਾ ਜੀ, ਜਿਹੜੇ ਚੰਗੇ ਪ੍ਰਚਾਰਕ ਆ ਉਹ ਡਾਕਟਰ ਵੀ ਹੋ ਸਕਦੇ ਆ, ਪ੍ਰੋਫੈਸਰ ਵੀ ਹੋ ਸਕਦੇ ਆ, ਰਿਟਾਇਰਡ ਪ੍ਰਿੰਸੀਪਲ ਵੀ ਹੋ ਸਕਦੇ ਆ, ਆਰਮੀ 'ਚੋਂ ਵੀ ਸਕਦੇ, ਪੁਲਿਸ ਦੇ ਵਿੱਚੋਂ ਵੀ ਸਕਦੇ, ਜਿਹੜੇ ਪੰਥ ਸਮਰਪਿਤ ਆ ਉਹਨਾਂ ਦੀ ਬੋਡੀ ਜਿਹਨਾਂ ਨੂੰ ਫੈਸਲਾ ਘੱਲ ਦੇਣਾ ਚਾਹੀਦਾ ਵੀ ਦੱਸੋ ਕੀ ਫੈਸਲਾ ਹੋਣਾ ਚਾਹੀਦਾ ਇਹਦੇ ਉੱਤੇ। ਆਪ ਨਿਰਪੱਖ ਨਾ, ਉਹ ਜਿਹੜਾ ਫੈਸਲਾ ਆਵੇ ਉਹਦੇ ਉੱਤੇ ਬਾਅਦ ਵਿਚਾਰ ਕੇ ਪੰਜ ਸਿੰਘ ਜਿਹੜੇ ਆ ਬਾਅਦ ਡਿਸੀਜਨ ਦੇਣ, ਅਤੇ ਮੈਨੂੰ ਲੱਗਦਾ ਫਿਰ ਸਹੀ ਪਾਸੇ ਨੂੰ ਤੁਰਾਂਗੇ। ਅਤੇ ਫਿਰ ਆਉਣ ਵਾਲੇ ਸਮੇਂ 'ਚ ਕੋਈ ਵੀ ਚੀਫ ਮਿਨਿਸਟਰ ਜਾਂ ਵੱਡੀ ਪਾਰਟੀ ਆ ਜਿਹੜੀ ਹੈਗੀ ਆ ਉਹ ਨਾ ਜਿਹੜੀ ਇਹੋ ਜਿਹੀ ਗਲਤੀ ਨਹੀਂ ਕਰੂਗੀ ਜਿਹੜੀ ਰਾਮ ਰਹੀਮ ਦੀ ਕਰਤੀ ਹੈਗੀ ਆ। ਕੱਲੀ ਇਹ ਨਹੀਂ ਹੋਈ, ਕਈ ਗਲਤੀਆਂ ਕੀਤੀਆਂ। ਹਾਂਜੀ ਹਾਂਜੀ, ਕਈ ਲੋਕ ਜਹੇਦਾਰ ਨੂੰ ਥੋੜ੍ਹੇ ਪੈਸੇ ਦੇਂਦੇ 10-20 ਹਜ਼ਾਰ ਰੁਪਇਆ ਜੇ ਦੇ ਬੰਦੇ ਆ, ਅਤੇ ਕਈ ਬੰਦੇ ਨੂੰ ਬਿਨਾਂ ਹੀ ਗੱਲੋਂ ਕਢਾਤਾ ਪੰਥ ਵਿੱਚੋਂ, ਬਿਨਾਂ ਹੀ ਗੱਲੋਂ ਕਢਾਤਾ ਗਿਆ। ਸਹੀ ਸੁਣਵਾਈ ਹੋਣੀ ਚਾਹੀਦੀ ਸੀ ਉਹਨਾਂ ਨੂੰ, ਸਹੀ ਲਾਗੇ ਲਿਆਉਣਾ ਚਾਹੀਦਾ ਸੀ, ਪਿਆਰ ਕਰਨਾ ਚਾਹੀਦਾ। ਹੁਣ ਮੈਂ ਨਾ ਕਿਹਦੇ ਕਿਹਦੇ ਲੈਣੇ ਹੈਗੇ ਆ, ਪੰਥ ਦਾ ਪ੍ਰਚਾਰ ਕਰਨ ਵਾਲੇ ਬੰਦੇ ਪ੍ਰਚਾਰਕਾਂ ਨੂੰ ਹੀ ਬਖਸ਼ਿਆ ਗਿਆ। ਮੈਂ ਕਈ ਫੈਸਲੇ ਦੇਖਿਆ ਕਿ ਕਮਿਸ਼ਨ ਚੰਡੀਗੜ੍ਹ ਵਾਲੇ ਉੱਤੇ ਫੈਸਲਾ ਜਦੋਂ ਇੱਕ ਵਾਰੀ ਦਿੱਤਾ ਸੀ, ਮੈਂ ਬੜਾ ਹੋਰ ਤਰ੍ਹਾਂ ਲੱਗਾ। ਇੱਕ ਤਾਂ ਉਹਨੂੰ ਇੱਥੇ ਉਹਨੂੰ ਉਹਦੀ ਉਹਨਾਂ ਜ਼ਿਆਦਤੀ ਕੀਤੀ ਗਈ, ਸਟੇਜ ਤੋਂ ਲਾਹ ਕੇ ਪੱਗ ਵੀ ਲਾਹੀ ਗਈ, ਸੱਟਾਂ ਵੀ ਮਾਰੀਆਂ ਗਈਆਂ। ਉਹ ਫੈਸਲਾ ਅਕਾਲ ਤਖ਼ਤ ਨੇ ਫੇਰ ਜਿਹਨੇ ਮਾਰਿਆ ਉਹਨਾਂ ਦੇ ਹੱਕ 'ਚ ਫੇਰ ਕਰਤਾ। ਮੈਂ ਉਦੋਂ ਉਹਨਾਂ ਨੂੰ ਕਿਹਾ ਮੈਂ ਤੁਸੀਂ ਆਹ ਕਿਸ ਹਿਸਾਬ ਨਾਲ ਫੈਸਲੇ ਕਰਦੇ ਹੈਗੇ ਆ। ਇਸ ਲਈ ਜਥੇਦਾਰਾਂ ਨਾਲ ਲੇਟਲੀ ਜਿਹੜਾ ਨਾ ਉਹਨਾਂ ਦਾ ਰੋਲ ਬਹੁਤਾ ਠੀਕ ਨਹੀਂ ਰਿਹਾ ਹੈਗਾ, ਅਤੇ ਇਹ ਰੋਲ ਦੇ ਉਹਨਾਂ ਦੇ ਮੇਰੇ ਖਿਆਲ ਨਹੀਂ ਇੱਕ ਬੰਦੇ ਕੋਲ ਪਾਵਰ ਹੋਣੀ ਚਾਹੀਦੀ ਹੈ, ਦੋ ਬੰਦਿਆਂ ਕੋਲ ਪਾਵਰ ਹੋਣੀ ਚਾਹੀਦੀ ਹੈਗੀ ਆ। ਪੰਜਾਂ ਦੇ ਨਾਲ ਵੀ ਸਲਾਹਕਾਰ ਚਾਹੀਦੇ ਆ, ਉਹ ਇੱਕ ਮਿਸਾਲ ਸੀਗੀ ਪੰਜਾਂ ਦੀ, ਉਦੋਂ ਦਾ ਹੋਰ ਵੱਡੀ ਪੰਜਾਂ ਦੇ ਉੱਤੇ ਵੀ ਪ੍ਰੈਸ਼ਰ ਪੈ ਸਕਦਾ। ਜਿੱਦਾਂ ਪੰਥ ਵੱਡਾ ਹੋਈ ਜਾਂਦਾ, ਉਹ ਵੱਡੀਆਂ ਕਮੇਟੀਆਂ ਬੜੀ ਸਕਦੀਆਂ, ਵੱਡਾ ਵੱਡਾ ਸੀ ਕਰਨ ਨੂੰ ਦਾਇਰਾ ਵਧਾਇਆ ਜਾ ਸਕਦਾ। ਜਿਸੇ ਦਿਨ ਕਾਲਤਾ ਤਾਂ ਅਸੀਂ ਚਾਹੁੰਦੇ ਸਤਿਕਾਰ ਵਧੇ, ਹੋਰ ਸਾਰੇ ਚਾਹੁੰਦੇ ਵਧੇ, ਅਤੇ ਉਹਨਾਂ ਨੂੰ ਆਪ ਚਾਹੀਦਾ ਹੁੰਦਾ। ਸਾਬਕਾ ਜੱਜ ਬਹੁਤ ਸਾਰੇ ਉੱਥੇ ਹੈਗੇ ਆ, ਸੀਨੀਅਰ ਅਫਸਰ ਹੈਗੇ ਆ, ਜਿਹੜੇ ਫੈਸਲੇ ਕਰਨ ਯੋਗ ਹੈਗੇ ਰੱਖਦੇ ਆ ਪੰਜਾਬ ਨੂੰ ਅੱਗੇ ਜਾਣ ਦੀ, ਉਹ ਰਿਟਾਇਰਡ ਹੈਗੇ ਆ, ਉਹਨਾਂ ਨੂੰ ਕਹੋ ਵੀ ਤੁਸੀਂ ਇਹਦੇ ਉੱਤੇ ਦੱਸੋ ਵੀ ਕੀ ਹੋਣਾ ਚਾਹੀਦਾ। ਅਤੇ ਹੁਣ ਹੁਣ ਦੂਜੀ ਗੱਲ ਹੋਰ ਆਪਾਂ ਕਰਦੇ ਅਕਾਲੀ ਦਲ ਦੀ, ਹੁਣ ਪੋਲੀਟੀਕਲ ਜਿਹੜੀ ਗੱਲ ਹੈਗੀ ਆ, ਅਕਾਲੀ ਦਲ ਹੈਗੀ ਪੋਲੀਟੀਕਲ ਪਾਰਟੀ ਆ,
ਅਤੇ ਉਹ ਸਿੱਖਾਂ ਦੀ ਪਾਰਟੀ ਜੇ ਆਪਾਂ ਕਲੀ ਕਹਿ ਦਈਏ ਉਹ ਠੀਕ ਹੈ, ਬਹੁਤ ਗਿਣਤੀ ਸਿੱਖ ਉਹਦੇ ਵਿੱਚ ਆਗੂਗਾ, ਪਰ ਬਹੁਤੇ ਦੂਜੀਆਂ ਕਮਿਊਨਿਟੀਆਂ ਦੇ ਵੀ ਆਗੂ ਹੈਗੇ ਕਰਦੇ। ਇੰਡੀਆ ਕੌਂਸਲ ਹਿਸਾਬ ਨਾਲ ਤੁਸੀਂ ਕੋਈ ਵੀ ਧਾਰਮਿਕ ਪਾਰਟੀ ਇਲੈਕਸ਼ਨ ਇੰਡੀਆ ਦੀ ਨਹੀਂ ਲੜ ਸਕਦੀ ਹੈਗੀ, ਨਾ ਅਸੈਂਬਲੀ ਲੜ ਸਕਦੀ ਨਾ ਪਾਰਲੀਮੈਂਟ ਲੜ ਸਕਦੀ ਹੈ, ਇਸ ਲਈ ਉਹਦੀ ਮੈਂਬਰਸ਼ਿਪ ਕੋਈ ਵੀ ਬਣ ਸਕਦਾ ਹੁੰਦਾ, ਅਤੇ ਕੋਈ ਧਰਮ ਦਾ ਬੰਦਾ ਵੀ ਮੈਂਬਰ ਤੁਸੀਂ ਨਾ ਨਹੀਂ ਕਰ ਸਕਦੇ, ਇਹਨੂੰ ਮੈਂਬਰ ਨਹੀਂ ਬਣਾਉਣਾ, ਜੇ ਕੋਈ ਚਾਹ ਵੀ ਬਣਨਾ ਤਾਂ ਠੀਕ ਹੈ, ਉੱਦਾਂ ਲਾਗੂ ਤਾਂ ਪ੍ਰੋਪਰ ਨਹੀਂ ਗਿਆ ਹੈਗਾ, ਪਰ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਹੈਗਾ ਵੀ ਕਈ ਸੀਟਾਂ 'ਤੇ ਆਪਣੇ ਜਿਹੜੀਆਂ ਹੈਗੀਆਂ ਆ ਉਹ ਰਿਜ਼ਰਵ ਹੈਗੀਆਂ, ਅਤੇ ਇਸ ਲਈ ਮੈਂ ਉਸ ਤੋਂ ਤੁਹਾਨੂੰ ਉਹਨਾਂ ਕਮਿਊਨਿਟੀ 'ਚ ਲੈਣੇ ਪੈਣਗੇ ਨਾ, ਅਤੇ ਦੂਜੇ ਧਰਮਾਂ ਨੂੰ ਵੀ ਸਾਨੂੰ ਉੱਥੇ ਥਾਂ ਲੈਣੀ ਪਊਗੀ, ਚਾਹੇ ਉੱਥੇ ਵੈਸੇ ਸਿੱਖ ਧਰਮ ਤਾਂ ਹੈ ਸਰਬ ਸਾਂਝੀ ਵਾਲਤਾ ਦਾ ਧਰਮ ਹੈ ਨਾ, ਸਾਰਿਆਂ ਨੂੰ ਜੇ ਰਣਜੀਤ ਸਿੰਘ ਰਾਜ ਦੀ ਗੱਲ ਕਰਦੇ ਉੱਥੇ ਵਿੱਚ ਵੱਡੇ ਵੱਡੇ ਉਹਦੇ ਦੂਜੇ ਧਰਮ ਦੇ ਲੋਕ, ਦੇਖੋ ਜੇ ਪੰਜਾਬੀ ਪਾਰਟੀ ਬਣੇ ਕੋਈ ਸੁਭਾਵਨਾ ਨਾ ਪੋਲੀਟੀਕਲ ਪਾਰਟੀ ਲਿਖੇ ਨਹੀਂ ਲੜ ਸਕਦੀ ਹੈਗੀ, ਪਰ ਸ਼੍ਰੋਮਣੀ ਕਮੇਟੀ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਸਿੱਖ ਏਜੰਡਾ ਛੱਡ ਦੇਣਾ ਚਾਹੀਦਾ, ਜੇ ਉਹਨੂੰ ਸਿੱਖਾਂ ਦੇ ਵਿਰੁੱਧ ਕੋਈ ਗੱਲ ਚੱਲਦੀ ਆ, ਅੱਜ ਕੋਈ ਇਹੋ ਜਿਹਾ ਮਸਲਾ ਹੋਵੇ ਉਹਨਾਂ ਨੂੰ ਉਹਦੀ ਪ੍ਰਤੀਨਿਧਤਾ ਕਰਨੀ ਚਾਹੀਦੀ ਨਾ, ਕਮਿਊਨਿਟੀ ਜਿਹੜੀ ਬਹੁਤ ਇਹੀ ਤਾਂ ਉਹਨੇ ਢਿੱਲ ਦਿਖਾਲੀ ਹੈਗੀ ਆ, ਆਪਣੇ ਦਫ਼ਤਰ 15 ਸਾਲ ਪਹਿਲਾਂ ਵੀ ਇੱਕ ਵਾਰੀ 5-7 ਅਕਾਲੀ ਉਸ ਵੇਲੇ ਮਿਨਿਸਟਰ ਬੈਠੇ ਸੀ ਆਪਣੇ ਦਫ਼ਤਰ 'ਚ, ਤੇ ਮੈਂ ਉਹਨੂੰ ਕਿਹਾ ਸੀ ਇਹ ਗਰੁੱਡਾਂ ਨੂੰ ਤੁਸੀਂ ਵਧਾ ਰਹੇ ਆ, ਬਾਬਾ ਬਾਦ ਤੁਸੀਂ ਵਧਾ ਰਹੇ ਆ, ਕਹਿੰਦੇ ਕਿੱਦਾਂ ਵਧਾ ਰਹੇ ਆ, ਮੈਂ ਕਿਹਾ ਜਦ ਤੁਸੀਂ ਉਹਨਾਂ ਦੇ ਪੈਰਾਂ 'ਚ ਆ ਕੇ ਬਹਿੰਦੇ ਆ ਤੇ ਲੋਕ ਸਮਝਦੇ ਆ ਵੀ ਬਾਬਾ ਤਾਂ ਬਹੁਤ ਵੱਡਾ ਆ ਤੇ ਇਹੀ ਰੱਬ ਹੈਗਾ, ਤੇ ਉਹ ਬਾਬੇ ਨਾਲ ਲੋਕ ਜੁੜ ਤੁਹਾਡੇ ਕਰਕੇ ਜੁੜਦੇ ਆ, ਵੀ ਕਈ ਬਾਬੇ ਚਰਨਾਂ ਵੀ ਨੇ ਤੁਸੀਂ ਉਹਨਾਂ ਦੇ ਪੈਰਾਂ 'ਚ ਆ ਕੇ ਬੈਠੇ ਹੁੰਦੇ ਆ, ਕਈ ਬਾਬੇ ਸਿੱਖਿਆ ਨਾਤਾ ਕਰ ਉਹਨਾਂ ਦੇ ਪੈਰਾਂ 'ਚ ਆ ਕੇ ਬੈਠੇ ਹੁੰਦੇ, ਇਹ 15 ਸਾਲ ਕੁ ਬਾਅਦ ਤੋਂ 20 ਸਾਲ ਪਹਿਲਾਂ ਗੱਲਾਂ ਮੇਰੇ 5-4 ਮਿਨਿਸਟਰ ਆਏ ਬੈਠੇ ਸੀਗੇ, ਮੈਂ ਨਾ ਉਹਨਾਂ ਦੇ ਨਾਂ ਲਵਾਂ, ਅਜੇ ਵੀ ਉਹ ਸਰਗਰਮ ਆ, ਉਹਨੇ ਮੈਨੂੰ ਦੱਸਿਆ ਵੀ ਕੀ ਕਾਰਨ, ਉਹ ਕਹਿੰਦੇ ਸਾਨੂੰ ਸਮੱਸਿਆ ਇਹ ਹੈਗੀ ਆ ਵੀ ਜਦੋਂ ਇਲੈਕਸ਼ਨਾਂ ਹੁੰਦੀਆਂ ਨਾ ਫਿਰ ਬਾਬਾ ਸਿਨਿਆ ਕਰਦਾ ਜੀ ਕਾਂਗਰਸ ਵੀ ਆ ਗਈ ਆ ਜੀ, ਫਲਾਂ BJP ਆ ਗਏ, ਫਲਾਣੇ ਵੀ ਆਏ, ਤੁਸੀਂ ਨਹੀਂ ਜੀ ਆਏ, ਫਿਰ ਸਾਨੂੰ ਕਹਿੰਦਾ ਫਿਕਰ ਪੈ ਜਾਂਦਾ ਵੀ ਸਾਡੀਆਂ ਵੋਟਾਂ ਟੁੱਟ ਗਈਆਂ ਸਾਰੀਆਂ, ਅਸੀਂ ਤਾਂ ਪਾਵਰ 'ਚ ਆ ਹੀ ਨਹੀਂ ਸਕਦੇ ਹੈਗੇ, ਸਾਡੀ ਸਰਕਾਰ ਨਹੀਂ ਬਣਨੀ ਹੈਗੀ, ਫਿਰ ਕਹਿੰਦਾ ਸਾਨੂੰ ਵੀ ਜਾਣਾ ਪੈਂਦਾ, ਇੱਕ ਬਾਬੇ ਥੋੜ੍ਹੇ ਬਹੁਤੇ ਮਾਈਕ ਮਦਦ ਵੀ ਕਰ ਦਿੰਦੇ ਆ, ਉਹਨਾਂ ਬਥੇਰੇ ਲੋਕਾਂ ਤੋਂ ਪੈਸੇ ਲੁੱਟੇ ਹੁੰਦੇ ਹੈਗੇ ਆ, ਅਤੇ ਉਹ ਸਾਰਿਆਂ ਕਿਸੇ ਹੁੰਦੇ ਆ 5 ਲੱਖ 10 ਲੱਖ 20 ਲੱਖ ਇੱਕ ਪੈਸੇ ਦੀ ਹੋ ਜਾਂਦੀ ਆ, ਇਹ ਤਾਂ ਅਕਾਲੀ ਦਲ ਨੇ ਵੀਕਨੈਸ ਦਿਖਾਲੀ ਆ, ਆ ਗੁੜਾਂ ਬੰਨਣ ਦਾ ਕਾਰਨ ਵੀ ਇਹੀ ਆ ਸਾਰਿਆਂ ਜ਼ਿਆਦਾ ਪੰਜਾਬ ਦੇ ਵਿੱਚ ਬਾਬਾ ਬਾਬਾ ਦਾ ਕਾਰਨ, ਇਹ ਤੁਸੀਂ ਕੱਲ੍ਹ ਹੀ ਕਿਸੇ ਬੰਦੇ ਨੂੰ ਕੋਈ ਸਿੱਖੀ ਦਾ ਨਾਤਾ ਨਹੀਂ, ਕੋਈ ਚਲਵਾ ਪੀਂਦਾ ਆ, ਕੋਈ ਕੁਛ ਕਰਦਾ ਆ, ਕੋਈ ਸਿੱਖੀ ਦਾ ਤੋੜ ਰਿਹਾ ਹੈਗਾ, ਤੁਸੀਂ ਜਾ ਕੇ ਉਹਨਾਂ ਪੈਰਾਂ 'ਚ ਬਹਿ ਜਾਂਦੇ ਹੈਗੇ, ਗਲਤ ਗੱਲ ਹੈ, ਪੁਰਾਣੇ ਸਿੰਘ ਸੀਸ ਤੱਕ ਦੇ ਦਿੰਦੇ ਸੀਗੇ ਤੇ ਹੁਣ ਸਾਡੇ ਬੰਦੇ ਵੋਟਾਂ ਖਾਧਾ ਜਾ ਕੇ ਪੈਰਾਂ 'ਚ ਬਹਿ ਜਾਂਦੇ ਆ, ਇਹਨਾਂ ਦਾ ਅਕਾਲੀ ਦਲ ਤਾਂ ਏਜੰਡੇ 'ਤੇ ਚਾਹੀਦਾ ਵੀ ਪੰਜਾਬ ਦੇ ਵਿੱਚ ਜਿਹੜਾ ਵੀ ਲੋਕਾਂ ਨੂੰ ਧੋਖਾ ਦੇ ਕੇ ਝੂਠ ਫੇਰ ਲੁੱਟ ਰਿਹਾ ਹੈਗਾ ਉਹਨੂੰ ਖਤਮ ਕਰਨਾ ਪੰਜਾਬ 'ਚੋਂ, ਇਹਨੇ ਆਪਣੀ ਡਿਊਟੀ ਨਹੀਂ ਕੀਤੀ, ਮੈਂ ਉਦਮ ਸਿੰਘ ਪੰਥ ਗਿਆ, ਸਾਡਾ ਪਰਿਵਾਰ ਪਹਿਲਾਂ ਤੋਂ ਪੰਥ ਨਾਲ ਖੜਾ ਹੈਗਾ, ਦੇਖੋ ਜਿਹੜੀ ਘਾਟ ਆ ਉਹ ਦੱਸਣੀ ਮੋਹਰੇ ਲਾਉਣੀ ਚਾਹੀਦੀ ਆ, ਅਸੀਂ ਆਪਣੇ ਬਜ਼ੁਰਗਾਂ ਦੀ ਸੰਗਤ ਕੀਤੀ ਹੈਗੀ ਆ, ਸੈਂਕੜੇ ਹੀ ਬੰਦੇ ਜਦ ਸਿੰਘ ਸਭਾ ਲਹਿਰ 'ਚ ਸਾਡੇ ਇਲਾਕੇ ਦੇ ਵਿੱਚੋਂ ਜੇਲ੍ਹਾਂ 'ਚ ਗਏ ਹੈਗੇ ਆ, ਪਹਿਲੀਆਂ ਰਣਜੀਤ ਸਿੰਘ ਰਾਜ ਵੇਲੇ ਵੀ ਸ਼ਹੀਦ ਹੋਏ ਹੈਗੇ ਆ, ਅਸੀਂ ਸੰਗਤ ਵੀ ਕੀਤੀ ਆ ਉਹਨਾਂ ਦੇ ਬਜ਼ੁਰਗਾਂ ਦੀ ਜਿਹਨਾਂ ਨੇ ਇੰਡੀਆ ਯਾਦ ਕਰਾਇਆ ਹੈਗਾ, ਅਤੇ ਅਸੀਂ ਉਹਨਾਂ ਦੀ ਚਾਹ ਪਾਣੀ ਦੁੱਧ ਨਾਲ ਸੇਵਾ ਕਰਦੇ ਹੁੰਦੇ ਸੀਗੇ, ਅਤੇ ਤਕਾਣ ਗੱਲਾਂ 2 ਘੰਟੇ ਸਾਡੀ ਹਵੇਲੀ ਬੈਠੇ ਰਹਿੰਦੇ ਹੁੰਦੇ, 15-20 ਬੰਦੇ ਆ ਕੇ ਸਦਾ ਜੇ ਨੇ, ਅਤੇ ਬਹੁਤ ਉੱਚਾ ਸੁੱਚਾ ਜੀਵਨ ਸੀ ਉਹਨਾਂ ਦਾ, ਸੋਚ ਹੀ ਉਹਨਾਂ ਡਿਫਰੈਂਟ ਸੀ, ਮੈਨੂੰ ਉਹਨਾਂ 'ਚ ਸਿੱਖੀ ਦੀਦੀ ਸੀ, ਹੁਣ ਵਾਲੇ ਲੀਡਰਸ਼ਿਪ 'ਚ ਉਹ ਗੱਲਾਂ ਹੀ ਹੈ ਨਹੀਂ, ਮੈਂ ਸਾਫ਼ ਮੈਨੂੰ ਯਾਦ ਹੈ 70-80 ਦੇ ਵਿੱਚ ਸਾਡੇ ਬਾਬਾ ਜੀ ਬਜ਼ੁਰਗ ਉਹ ਵੀ ਇਹੀ ਕਹਿੰਦੇ ਹੁੰਦੇ ਸੀ, ਪੰਥ ਪਾਰਟੀ ਅਕਾਲੀ ਪਾਰਟੀ ਪੰਥ ਪਾਰਟੀ ਸਾਡੀ ਇਹ ਪਾਰਟੀ ਆ ਬਸ ਨਾ, ਅਸੀਂ ਅਜੇ ਤੱਕ ਉਹਦਾ ਸਾਡੇ ਜਿੰਨੇ ਵੀ ਇਲਾਕੇ ਦੇ ਵਿੱਚ ਆ ਜਾਂ ਬਹੁਤ ਗਿਣਤੀ ਜਿਹੜੀ ਆ ਉਹ ਵੋਟਾਂ ਉਹਨਾਂ ਨੇ ਪਾਉਂਦੀ ਹੈਗੀ ਆ, ਇਲਾਕੇ 'ਚ ਸਿੱਖੀ ਦੀ ਗੱਲ ਹੈਗੀ ਸੀ, ਸਹਿਤ ਮਹਾਰਾ ਵਿੱਚ ਵੀ ਸਾਡੇ ਪਿੰਡ 'ਚ ਪਹਿਲੀ ਐਸ ਸੀ ਸਭਾ ਸੀ ਜਿਹਨੇ ਉਹਦੇ ਵਿੱਚ ਦਰਜ ਕੀਤਾ, ਜਿਹਨੇ ਸਟੇਸ਼ਨ ਘੱਲੇ ਸੀ, ਉਸ ਵੇਲੇ ਸਾਰੇ ਪੰਜਾਬ ਐਸ ਸੀ ਸਭਾ ਹੈ ਨਹੀਂ ਸੀ, ਅਤੇ ਸਾਡੇ ਪਿੰਡ ਸੀਗੀ ਐਸ ਸੀ ਸਭਾ, ਅਤੇ ਸਾਡੇ ਪਿੰਡ ਤੋਂ ਜਿਹੜੇ ਹੈਗੇ ਆ ਗਿਆਨੀ ਪ੍ਰਤਾਪ ਸਿੰਘ ਜੀ ਵੀ ਉਹ ਸ਼੍ਰੋਮਣੀ ਪ੍ਰਧਾਨ ਵੀ ਰਹਿ ਚੁੱਕੇ ਆ,
ਥੋੜ੍ਹਾ ਚਿਰ 45 ਦੇ ਲਾਗੇ 46 ਦੇ ਲਾਗੇ ਰਹੇ ਹੈਗੇ ਆ। ਅਤੇ ਸਵਰਨ ਸਿੰਘ ਬਾਅਦ 'ਚ ਮਿਨਿਸਟਰ ਬਣਿਆ, ਇਹ ਵੀ ਸ਼੍ਰੋਮਣੀ ਕਮੇਟੀ ਨੇ ਪੜ੍ਹਾਇਆ ਸੀ ਆਪਣੇ ਫੰਡ ਦੇ ਅਤੇ ਵੱਡੇ ਅਹੁਦਿਆਂ 'ਤੇ ਵੀ ਰਿਹਾ, ਫੋਰਨ ਮਿਨਿਸਟਰ ਵੀ ਰਿਹਾ, ਡਿਫੈਂਸ ਮਿਨਿਸਟਰ ਵੀ ਰਿਹਾ, ਮਿਨਿਸਟਰ ਵੀ ਰਿਹਾ ਹੈਗਾ। ਅਤੇ ਉੱਥੇ ਸਿੱਖੀ ਸੀਗੀ ਤਾਂ ਜੇ ਤਾਂ ਉਹਨਾਂ ਨੇ ਤਦੇ ਸੀ ਕਰਕੇ ਉਹ ਪਹਿਲਾਂ ਤੋਂ ਇਨਵੋਲਵ ਸੀ ਪੰਥ ਦੇ ਵਿੱਚ। ਅਤੇ ਇਸ ਲਈ ਨਾ ਆਓ ਆਪਾਂ ਰਲ ਮਿਲ ਕੇ ਨਾ ਅਕਾਲੀ ਦਲ 'ਚ ਬਦਲਾਅ ਤਾਂ ਆਉਣਾ ਹੀ ਚਾਹੀਦਾ। ਲੰਮਾ ਚਿਰ ਜਿਹੜਾ ਲੀਡਰਸ਼ਿਪ ਇੱਕ ਦੁਆਰੀ ਹਰ ਗਿਆ ਉਹਨੂੰ ਆਪ ਪਿਛਾਂ ਹਟ ਜਾਣਾ ਚਾਹੀਦਾ, ਮੈਂ ਇਹਦੇ ਟੋਟਲੀ ਹੱਕ 'ਚ ਹਾਂ। ਅਤੇ ਪਰ ਹੈਂ ਅਤੇ ਇਹ ਲਈ ਨਾ ਸਾਰਿਆਂ ਨੂੰ ਚਾਹੀਦਾ ਅਕਾਲੀ ਦਲ ਦੇ ਵਿੱਚ ਆਪ ਹੀ ਉਹਨੂੰ ਚਾਹੀਦਾ ਹੁੰਦਾ ਬਈ ਪ੍ਰਧਾਨ ਜਾਂ ਘੱਟ ਤੋਂ ਘੱਟ ਹੋਰ ਕਿਸੇ ਨੂੰ ਬਣਾ ਲੈਣ, ਅਤੇ ਜਿਹੜੀ ਹੈਗੀ ਆ ਥੋੜ੍ਹੇ ਚਿਰ ਧਰਮ ਸਿੰਘ ਦੇ ਬਣਾ ਲੈਣ। ਪਰ ਕੋਈ ਖਾਸ ਦੀਦਾ ਮੈਂ ਨਹੀਂ ਕਿਹਾ ਕੋਈ ਲੀਡਰ ਜਿਹੜਾ ਲੀਡ ਕਰ ਸਕਦਾ ਪੰਜਾਬ ਨੂੰ। ਜੇ ਹੁਣ ਤੁਸੀਂ ਐਵੇਂ ਹੀ ਕਿਸੇ ਯੂਥ ਨੂੰ ਮੂਹਰੇ ਲੈ ਆਉਂਦਾ ਉਹਨੇ ਪਤਾ ਨਹੀਂ ਕੱਲ੍ਹ ਨੂੰ ਕਿੱਧਰ ਨੂੰ ਚੱਲ ਜਾਣਾ ਹੈਗਾ। ਐਕਸਪੀਰੀਅੰਸ ਜਿਹਨਾਂ ਦਾ ਹੈਗਾ ਪੰਜਾਬ ਬਾਰੇ, ਇਹ ਨਹੀਂ ਹੁੰਦਾ ਵੀ ਤੁਸੀਂ ਗਰਮ ਜ਼ਿਆਦਾ ਕਰਕੇ ਬੱਚੇ ਸਾਰੇ ਜੇਲ੍ਹਾਂ 'ਚ ਘੱਲ ਦਿਓ ਅਤੇ ਮਾਹੌਲ ਹੀ ਸਾਰਾ ਪੰਜਾਬ ਦਾ ਖਰਾਬ ਕਰ ਦਿਓ। ਸੋਹਣੇ ਤਰੀਕੇ ਨਾਲ ਅਕਾਲੀ ਦਲ ਇਹੀ ਕੰਮ ਕਰਿਆ ਆਪਣਾ, ਵੀ ਜਿਹੜਾ ਗੁਰੂ ਡੈਮ ਬਾਬਾ ਵਧਿਆ ਨਾ ਇਹਨੂੰ ਖਤਮ ਕਰਨ ਦੇ ਲਈ ਇਹ ਤੁਰ ਪਵੇ ਨਾ, ਨਸ਼ੇ ਖਤਮ ਕਰਨ ਲਈ, ਕ੍ਰਾਈਮ ਖਤਮ ਕਰਨ ਦੇ ਲਈ ਇਹਦੇ ਪਾਸੇ ਧਿਆਨ ਦੇਣਾ ਚਾਹੀਦਾ। ਪਰ ਉਹ ਕਰ ਨਹੀਂ ਰਹੇ ਹੈਗੇ, ਬਹੁਤੇ ਆਪ ਅਕਾਲੀ ਜਿਹੜੇ ਆ ਗਲਾਸੀ ਮੇਰੇ ਖਿਆਲ ਲਾਉਂਦੇ ਹੀ ਲਾਉਂਦੇ ਹੋਣਗੇ, ਤਾਂ ਹੋ ਹੀ ਨਹੀਂ ਸਕਦਾ ਨਹੀਂ ਲਾਉਂਦੇ ਹੋਣਗੇ। ਘਾਟਾ ਕਾਫੀ ਅਕਾਲੀ ਜੀ, ਪੁਰਾਣਾ ਅਕਾਲੀ ਦਲ ਨਹੀਂ ਗਾ ਇਹ ਹੈਗਾ। ਪਰ ਫਿਰ ਵੀ ਹੁਣ ਆਪਾਂ ਤਾਂ ਇਹੀ ਚਾਹੁੰਦੇ ਹੈਗੇ ਹਾਂ ਵੀ ਅਕਾਲੀ ਦਲ ਤਕੜਾ ਹੋਵੇ ਅਤੇ ਲੀਡਰਸ਼ਿਪ ਜਿਹੜੀ ਉਹਦੀ ਚੇਂਜ 'ਚ ਆਉਣੀ ਚਾਹੀਦੀ ਹੈਗੀ ਆ। ਅਤੇ ਜਿਹੜੇ ਜਿਹੜੇ ਪੰਜਾਬ ਲਈ ਆਪਣੀ ਨਾ ਪੈਸੇ ਲਈ ਕੋਈ ਵੋਟਾਂ ਲਈ ਨਾ ਵਿਕਣ, ਇਹ ਪੰਜਾਬ ਨੂੰ ਬਚਾਉਣ ਦੇ ਲਈ, ਪੰਜਾਬ ਵੱਧ ਹੱਕਾਂ ਦੀ ਗੱਲ ਆ, ਕ੍ਰਾਈਮ ਦੀ ਗੱਲ ਆ, ਗਰੂੜਮ ਦੀ ਗੱਲ ਆ, ਬੇਅਦਬੀਆਂ ਦੀ ਗੱਲ ਹੈਗੀ ਆ, ਇਹ ਨਹੀਂ ਹੋਣੀ ਚਾਹੀਦੀ। ਪਾਣੀ ਦੇ ਮਸਲੇ ਹੈਗੇ ਆ, ਚੰਡੀਗੜ੍ਹ ਦੇ ਮਸਲੇ ਹੈਗੇ ਆ, ਡੇਢ ਤਾਂ ਪਹਿਲਾਂ ਦਿਨ ਹੋਵੇ, ਸ਼ੱਕ ਦੋ ਤਿੰਨਾਂ ਸਾਲਾਂ 'ਚ ਕੁਛ ਅਚੀਵਮੈਂਟ ਨਾ ਹੋਵੇ, ਪਰ ਪੰਜਾਂ ਦਸਾਂ ਵੀਹਾਂ ਸਾਲ ਲੰਬੀ ਪਲੇਨਿੰਗਾਂ ਲਾਉਣਾ ਚਾਹੀਦਾ ਪੰਜਾਬ, ਤਾਂ ਜੋ ਲੋਕਾਂ ਮੁੜ ਕੇ ਦਿਲ ਜਾ ਸਕੀਏ ਅਤੇ ਪਾਵਰ ਵੀ ਇਹਨਾਂ ਕੋਲ ਰਹੇ ਅਤੇ ਲੋਕ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਨੂੰ ਕੁਛ ਨਾ ਕੁਛ ਸਬੂਤਾਂ ਵੀ ਮਿਲਦਾ। ਸੋ ਤੁਹਾਡੀ ਸਾਰੀ ਗੱਲਬਾਤ ਤੋਂ ਇਹ ਇਹਦਾ ਨਤੀਜਾ ਨਿਕਲਦਾ ਲੱਗਦਾ ਆ ਕਿ ਪੰਜਾਬ ਦੇ ਹੱਕਾਂ ਨੂੰ ਬਚਾਉਣ ਲਈ, ਪੰਜਾਬ ਦੇ ਸੋਰਸਾਂ ਨੂੰ ਬਚਾਉਣ ਲਈ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਅਤੇ ਉਹਨੂੰ ਅੱਗੇ ਲਾਉਣਾ ਜ਼ਰੂਰੀ ਆ। ਅਤੇ ਅਕਾਲੀ ਦਲ ਨੂੰ ਅੱਗੇ ਲਿਆਉਣ ਵਾਸਤੇ ਅਕਾਲੀ ਦਲ ਵਿੱਚ ਸੁਧਾਰ ਹੋਣਾ ਬਹੁਤ ਜ਼ਰੂਰੀ ਆ। ਉਹ ਸੁਧਾਰ ਵਾਸਤੇ ਜਿਹੜੀਆਂ ਉਹਦੀਆਂ ਘਾਟਾਂ ਉਹਨਾਂ ਨੂੰ ਦੂਰ ਕਰਕੇ ਅਤੇ ਜਿਹੜੀਆਂ ਉਹ ਤੋਂ ਗਲਤੀਆਂ ਹੋਈਆਂ ਉਹਨੂੰ ਸੁਧਾਰ ਕੇ ਫਿਰ ਹੀ ਉਹ ਅਕਾਲੀ ਦਲ ਮੂਹਰੇ ਆਵੇਗਾ ਅਤੇ ਮੂਹਰੇ ਆ ਕੇ ਤਾਂ ਹੀ ਪੰਜਾਬ ਦਾ ਭਲਾ ਹੋਏਗਾ, ਪੰਜਾਬ ਦਾ ਅਤੇ ਸਾਰੇ ਲੋਕਾਂ ਦਾ ਭਲਾ ਹੋਏਗਾ। ਸੋ ਅੱਜ ਸਮਾਪਤੀ ਕਰਦੇ ਹਾਂ, ਅੱਗੇ ਤੋਂ ਹੋਰ ਵੀਡੀਓ ਲੈ ਕੇ ਆਵਾਂਗੇ, ਤੁਸੀਂ ਆਪਣੀ ਰਾਏ ਅਤੇ ਜ਼ਰੂਰ ਦੇਣੀ ਭੇਜਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।